ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਉ ਕਿਸ਼ਨਾਹੀ ਜਮ ਨਹੀਂ ਆਵੇ ਨੇੜੇ। ਪਾਤਸ਼ਾਹ ਕਹਿੰਦੇ ਨੇ ਕਿ ਉਹ ਜਮਰਾਜੇ ਦੀ ਕੋਈ ਜ਼ਰੂਰਤ ਨਹੀਂ ਕਿ ਤੇਰੇ ਸੇਵਕ ਦੇ ਨੇੜੇ ਆ ਜਾ, ਪਰ ਸੇਵਕ ਬਣਨਾ ਬਹੁਤ ਔਖਾ ਹੈ। ਸੇਵਕ ਬਣੀਏ ਸ਼ਰਧਾ ਭਾਵਨਾ ਦੇ ਨਾਲ, ਜਦੋਂ ਵੀ ਗੁਰੂ ਘਰ ਦੇ ਵਿੱਚ ਬਾਣੀ ਦੇ ਜਾਪ ਹੋਣ, ਪਾਠ ਹੋਣ, ਕੀਰਤਨ ਚੱਲਦਾ ਹੋਵੇ, ਤੇ ਸਭਨਾਂ ਨੂੰ ਬੇਨਤੀ ਹੈ ਕਿ ਇੱਕ ਮਨ ਇੱਕ ਚਿੱਤ ਹੋ ਕੇ ਸਾਰੇ ਘਰ ਦੇ ਜਿਹੜੇ ਰੁਝੇਵੇ ਆ ਪਿੱਛੇ ਛੱਡ ਕੇ ਆਇਆ ਕਰੀਏ, ਤੇ ਸ਼ਰਧਾ ਭਾਵਨਾ ਦੇ ਨਾਲ ਖੋਰੇ ਕਿਹੜੀ ਪੰਕਤੀ ਹੈ, ਕਿਹੜਾ ਸ਼ਬਦ ਹੈ ਜਿਹੜਾ ਹਿਰਦੇ ਦੇ ਵਿੱਚ ਵਸ ਕੇ ਸਾਡਾ ਪਾਰ ਉਤਾਰਾ ਕਰ ਦੇਣਾ ਸ਼ਬਦ। ਇਸ ਕਰਕੇ ਜਿਤਨਾ ਦੇਰ ਵੀ ਬੈਠੀਏ ਸ਼ਰਧਾ ਭਾਵਨਾ ਦੇ ਨਾਲ, ਗੱਲਾਂ ਬਾਤਾਂ ਬਾਹਰ ਬਹੁਤ ਸਮਾਂ ਸਾਡੇ ਕੋਲ, ਸਾਰੀ ਉਮਰ ਗੱਲਾਂ ਬਾਤਾਂ ਨੂੰ ਹੈ। ਗੁਰੂ ਘਰ ਦੇ ਵਿੱਚ ਜਿਤਨੀ ਦੇਰ ਅਸੀਂ ਹਜ਼ੂਰੀ ਦੇ ਵਿੱਚ ਸਤਿਗੁਰਾਂ ਦੇ ਹਜ਼ੂਰੀ 'ਚ ਬੈਠੇ ਹਾਂ, ਉਤਨੀ ਦੇਰ ਸਾਰੇ ਇੱਕ ਮਨ ਇੱਕ ਚਿੱਤ ਹੋ ਕੇ ਹਾਜ਼ਰੀਆਂ ਭਰਿਆ ਕਰੀਏ, ਤਾਂ ਖੁਸ਼ੀਆਂ ਸੁੱਖ ਪ੍ਰਾਪਤ ਹੁੰਦੇ ਨੇ। ਸਤ ਸੰਗਤ ਆਓ, ਇੱਕ ਸ਼ਬਦ ਦੀ ਹੋਰ ਹਾਜ਼ਰੀ ਭਰ ਰਿਹਾ, ਉਸ ਤੋਂ ਬਾਅਦ ਜੋ ਸਮਾਂ ਦੱਸਿਆ ਜਾਏਗਾ। ਸੰਤ ਹਮਾਰਾ ਗਹਿਣਾ, 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 ਸਰ ਜਪੋ ਸੰਤ ਹਮਾਰਾ ਗਹਿਣਾ, ਸੰਤ ਹਮਾਰਾ ਗਹਿਣਾ, ਸੰਤਨ ਕੀ ਸ਼ਰਣਾ, ਹਮ ਸੰਤਨ ਕੀ ਸ਼ਰਣਾ, ਹਮ ਸੰਤਨ ਕੀ ਰੇਣ ਪਿਆਰ, ਹਮ ਸੰਤਨ ਕੀ ਸ਼ਰਣਾ, ਹਮ ਸੰਤਨ ਕੀ ਸ਼ਰਣਾ, ਸੰਤ ਹਮਾਰੀ ਓਟ ਸਤਾਣ, ਸੰਤ ਹਮਾਰਾ ਗਹਿਣਾ, ਸੰਤ ਹਮਾਰਾ ਗਹਿਣਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ, ਸੰਤ ਹਮਾਰਾ ਗਹਿਣਾ, ਸੰਤ ਹਮਾਰਾ ਗਹਿਣਾ, ਸੰਤ ਹਮਾਰਾ ਗਹਿਣਾ, ਸੰਤ ਹਮਾਰਾ
संतन सो बन आई पूर्व लिखिया पाई इहो मन तेरा पाई इहो मन तेरा पाई संत हमारा गहना संत हमारा गहना संत हमारा गहना संत हमारा गहना संतन सोने लीला देवी संतन स्यों बुहारा संतन स्यों बुहारा संतन स्यों हमला खटिया अगणत परे भंडारा अगणत परे भंडारा संतन स्यों हमला खटिया संतन मोको पूंजी सौंपी उतरे अमर का धोखा उतरे अमर का धोखा तर्म रहे अब कहाँ करे गो जो फाट सगल हो लेखा जो फाट सगल हो लेखा तर्म रहे अब कहाँ करे गो संत हमारा गहना संत हमारा गहना संत हमारा गहना संत हमारा गहना महाआनंद पे सुख पाया संतन के प्रसाद संतन के प्रसाद कहो नानक हर स्यो मन मनिया रंग रते बिस्माद रंग रते बिस्माद कहो नानक हर स्यो मन संत हमारा गहना हम संतन की रेण प्यारे हम संतन की शरणा संत हमारी ओट स्थानी संत हमारा गहना जिन्हां नूं पता है कि संत की हुंदा है उन्हां दे पा दा गहना और गुरु प्यारियो संतां महापुरशां दी वड्याई गुरु ग्रंथ साहिब जी दे विच असीं बाखूब पढ़दे हां
ਸੁਖਮਨੀ ਸਾਹਿਬ ਜੀ ਦੇ ਵਿੱਚ ਜਾਂ ਹੋਰ ਵੀ ਹਰੇਕ ਥਾਂ ਤੇ ਸੰਤਾਂ ਮਹਾਂਪੁਰਸ਼ਾਂ ਦੀ ਵਡਿਆਈ ਕੀਤੀ ਹੈ ਸਤਿਗੁਰਾਂ ਨੇ। ਆਓ ਸਮਾਂ ਦੱਸਦਾ ਸਮਾਪਤ ਹੈ। ਦਾਸਾਂ ਵੱਲੋਂ ਬਾਣੀ ਪੜ੍ਹਦਿਆਂ ਕੋਈ ਭੁੱਲਾਂ ਹੋ ਜਾਂਦੀਆਂ, ਬਖਸ਼ ਦੇਣਾ ਬਖਸ਼ਣ ਆਰਾ ਸੰਗਤ। ਸੋ ਬੁਲਾਓ ਫਤਿਹ ਸਾਰੇ ਗੱਜ ਵੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।